ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ, ਕਿਵੇਂ ਜੀ? ਸਰ ਤਾਂ ਅੱਜ ਕਾਫੀ ਦਿਨਾਂ ਬਾਅਦੋਂ ਪ੍ਰੇਮ ਸਿੰਘ ਵੀ ਕੋਲ ਆਇਆ ਅਤੇ ਅੱਜ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ। ਅਤੇ ਪ੍ਰੇਮ ਉਹ ਇਨਸਾਨ ਆ, ਤੁਹਾਨੂੰ ਪਤਾ ਤੇ, ਜਿਹਨੇ ਕੌਡੀ ਗਲੋ ਪਾਊਡਰ ਦੇ ਵਿੱਚ ਇੱਕ ਧੂਮ ਮਚਾਈ ਸੀ ਵੀ ਹਰ ਬੰਦਾ ਅੱਜ ਵੀ ਜਿਹੜਾ ਕੋਈ ਵੀ ਵੱਡਾ ਫਾਰਮਰ ਹੈ, ਕੋਈ ਵੱਡਾ ਬਰੀਡਰ ਹੈ, ਤਾਂ ਜਿਹਨੇ ਕੋਈ ਕੰਪੀਟੀਸ਼ਨ 'ਤੇ ਭਾਂਦੀ ਪਸ਼ੂ ਜਾਂਦੇ ਸੀ, ਭਾਂਦੀ ਕੁਛ ਵੀ ਸੀ, ਜਿਹੜੇ ਪੀਕ ਟਾਈਮ 'ਤੇ ਨਹੀਂ ਟਾਈਮ 'ਤੇ ਆਉਂਦੇ ਸੀਗੇ, ਅਤੇ ਉਹਨਾਂ ਵਾਸਤੇ ਜਿਹੜਾ ਇਹਨਾਂ ਦਾ ਕੌਡੀ ਗਲੋ ਪਾਊਡਰ ਸੀਗਾ ਉਹ ਵਰਦਾਨ ਹੋਇਆ ਬਾਈ। ਤੁਹਾਨੂੰ ਪਤਾ, ਤੁਸੀਂ ਸਾਰਿਆਂ ਨੇ ਤਕਰੀਬਨ ਅੱਜ ਵੀ, ਮਤਲਬ ਤੁਸੀਂ ਜਿਹੜੇ ਵਰਤਦੇ ਆ ਭਰਾ, ਉਹਨਾਂ ਨੂੰ ਪਤਾ ਹੀ ਆ, ਹੈ ਨਾ? ਤਾਂ ਜਿਹੜੇ ਤਕਰੀਬਨ ਉਹ ਸਾਰਿਆਂ ਨੇ ਵਰਤਿਆ, ਮਤਲਬ ਅਸੀਂ ਵੀ ਜਦੋਂ ਮੇਲਿਆਂ ਦੇ ਟਾਈਮ 'ਤੇ ਹੁੰਦੇ, ਜਦੋਂ ਯਾਰ ਦੋਸਤ ਨਾਲ ਹੁੰਦੇ ਸੀ, ਉਹਨਾਂ ਨੇ ਵੀ ਦੇਖਿਆ ਸੀ, ਅਸੀਂ ਵੀ ਖੁਦ ਉਹਨੂੰ ਜਿਹੜਾ ਵਰਤਦੇ ਰਹੇ ਹਾਂ, ਅਤੇ ਬੜਾ ਤਕੜਾ ਰਿਜ਼ਲਟ ਆਇਆ। ਪ੍ਰੇਮ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹੋਰ ਸਤਿ ਸ਼੍ਰੀ ਅਕਾਲ। ਤਾਂ ਹੋਰ ਪ੍ਰੇਮ ਸਭ ਠੀਕ ਆ ਵੀਰੇ? ਹਾਂਜੀ, ਬਹੁਤ ਵਧੀਆ ਵੀਰ ਜੀ। ਪ੍ਰੇਮ, ਹੁਣ ਫਿਰ ਕਿਹੜੀ ਚੀਜ਼ ਤੁਸੀਂ ਤਾਰੀ ਆ, ਤੂੰ ਕਿਹੜੀ ਚੀਜ਼ ਹੁਣ ਹੋਰ ਲਾਂਚ ਕੀਤੀ ਆ ਤੁਸੀਂ? ਵੀਰ ਜੀ, ਆਪਾਂ ਨੇ ਦੋ ਤਿੰਨ ਪ੍ਰੋਡਕਟ ਤਿਆਰ ਕੀਤੇ ਨੇ ਜੀ। ਠੀਕ ਹੈ। ਅਤੇ ਪਹਿਲਾਂ ਵੀ ਵੀਰ ਜੀ ਕੌਡੀ ਗਲੋ ਨੂੰ ਆਪਣੇ ਸਾਰੇ ਭਰਾਵਾਂ ਨੇ ਬਹੁਤ ਪਿਆਰ ਦਿੱਤਾ, ਪੰਜਾਬ ਦੇ ਵਿੱਚ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ। ਪਿਆਰ ਨਹੀਂ ਤਾਂ ਰਿਜ਼ਲਟ ਹੀ ਤਕੜਾ ਸੀ ਪ੍ਰੇਮ ਸਿੰਘ। ਰਿਜ਼ਲਟ ਚਲੋ ਵੀਰ ਜੀ, ਸਾਰੇ ਭਰਾਵਾਂ ਜੀ, ਕਿਉਂਕਿ ਮੇਰਾ ਮੰਨਣਾ ਇਹ ਹੈ, ਜੇ ਤੂੰ ਰਿਜ਼ਲਟ ਜਿਵੇਂ ਕੌਡੀ ਗਲੋ 'ਤੇ ਦਿੱਤਾ, ਉਹ ਆਟੋਮੈਟਿਕ ਤੂੰ ਲੋਕਾਂ ਦੇ ਦਿਲ 'ਚ ਬਚਿਆ, ਹਰ ਇੱਕ ਬੰਦਾ ਤੁਹਾਨੂੰ ਜਾਣਦੇ ਵੀ ਕੌਡੀ ਗਲੋ ਵਾਲਾ ਪ੍ਰੇਮ, ਹੈ ਨਾ? ਹਾਂਜੀ। ਤਾਂ ਉਹੀ ਗੱਲ ਹੈ, ਜੇ ਚੰਗੀ ਚੀਜ਼ ਦਾ ਪਰ ਰਿਜ਼ਲਟ ਮਿਲੂਗਾ ਤਾਂ ਲੋਕ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ ਵੀਰੇ। ਇਹ ਕਨਫਰਮ ਗੱਲ ਆ, ਹੈ ਨਾ? ਵੀ ਚੀਜ਼ ਪ੍ਰੋਡਕਟ ਤਾਰਨਾ ਅਤੇ ਰਿਜ਼ਲਟ ਦੀ ਗੱਲ ਬਹੁਤ ਵੱਖਰੀ ਆਉਂਦੀ ਹੈ, ਵੀ ਤੁਸੀਂ ਉਹ ਕੰਮ 'ਤੇ ਤੁਸੀਂ ਸਬੂਤ ਦਿੱਤਾ ਆਪਦਾ ਵੀ ਵਧੀਆ ਪ੍ਰੋਡਕਟ ਬਣਾਇਆ, ਹੈ ਨਾ? ਕੋਈ ਵੀਰ ਜੀ ਆਪਾਂ ਪ੍ਰੋਡਕਟ ਬਣਾਉਂਦੇ ਹਾਂ, ਦੇਖੋ ਉਹਦੇ ਵਿੱਚ ਪਹਿਲਾਂ ਆਪਾਂ ਘੱਟੋ ਘੱਟ 6 ਮਹੀਨੇ ਪਹਿਲਾਂ ਜੀ ਸਟੱਡੀ ਕਰਦੇ ਹਾਂ, ਆਪ ਯਾਨੀ ਕਿ ਆਪਦੇ ਘਰ ਵਰਤਦੇ ਹਾਂ ਜੀ, ਯਾਰ ਦੋਸਤਾਂ ਨੂੰ ਵਰਤਾਉਣਾ ਜੀ ਆਪਾਂ ਪਹਿਲਾਂ, ਕਿਉਂਕਿ ਜਦੋਂ ਆਪਾਂ ਨੂੰ ਪੁਆਇੰਟ ਪ੍ਰੋਪਰ ਲੱਗ ਜਾਂਦਾ ਜੀ, ਪੂਰਾ ਰਿਜ਼ਲਟ ਆ ਉਹ ਚੀਜ਼ 'ਤੇ, ਤਾਂ ਵੀਰ ਜੀ ਅਸੀਂ ਹਿੱਕ ਠੋਕ ਕੇ ਕਹਿੰਦੇ ਹਾਂ ਵੀ ਸਾਡੀ ਗਰੰਟੀ ਹੈ ਵੀਰ ਜੀ। ਗਰੰਟੀ ਹੁਣ ਜਿਹੜੇ ਆਪਾਂ ਪ੍ਰੋਡਕਟ ਲੈ ਕੇ ਆਏ ਜੀ, ਹਾਂਜੀ, ਰਿਲਾਉਂਡ ਕੰਪਨੀ ਜੀ। ਓਕੇ, ਠੀਕ ਹੈ ਨਾ ਜੀ? ਅਤੇ ਇਹ ਕੀ ਮਿਨਰ ਮਿਕਸਚਰ? ਇਹ ਵੀਰ ਜੀ ਮਿਨਰ ਮਿਕਸਚਰ ਆ ਜੀ। ਓਕੇ, ਠੀਕ ਹੈ। ਅਤੇ ਇਹਦੀ ਪੈਕਿੰਗ ਕਿੰਨੀ? ਇਹਦੀ 5 ਕਿਲੋ ਦੀ ਪੈਕਿੰਗ ਹੈ ਵੀਰ ਜੀ, ਕਿਲੋ ਦੀ ਪੈਕਿੰਗ ਹੈ ਜੀ। ਅੱਛਾ, 5 ਕਿਲੋ ਅਤੇ ਕਿਲੋ ਪੈਕਿੰਗ, ਵੱਡੀ ਪੈਕਿੰਗ ਵੀ ਹੈਗੀ ਵੀਰ ਜੀ ਇਹਦੀ। ਠੀਕ ਹੈ ਜੀ। ਇਹ ਜਿਹੜੀ ਇਹਦੇ ਵਿੱਚ ਵੀਰ ਜੀ ਆਪਾਂ ਟਰਾਂਸਲੇਟ ਜਮਾ ਐਨ ਬਿਲਕੁਲ ਦੇਖੋ ਤੁਸੀਂ, ਇਧਰਲੇ ਪਾਸੇ ਪਲੇਨ ਆ, ਨਹੀਂ ਆਪਾਂ ਇਧਰਲੇ ਪਾਸੇ ਵੀ ਇਹਦੇ ਲਾ ਸਕਦੇ ਸੀ ਕੁਛ, ਆਪਾਂ ਦਿਖਾਉਣ ਦੇ ਮਾਰੇ ਹਰੇਕ ਤੁਸੀਂ ਇਹਦੇ ਵਿੱਚ ਦੀ ਤੁਸੀਂ ਦੇਖੋ ਕੁੱਲ ਚੀਜ਼ ਤੁਹਾਨੂੰ ਇਹਦੇ ਵਿੱਚ ਦਿਖੂਗਾ, ਵੀ ਜਿਹੜੇ ਦਾਣੇ ਆ, ਜਿਹੜੀਆਂ ਜੜੀਆਂ ਬੂਟੀਆਂ ਜਾਂ ਹੋਰ ਚੀਜ਼ਾਂ ਪਾਈਆਂ ਹੋਈਆਂ ਨੇ ਕੁਆਲਿਟੀਦਾਰ, ਵੀ ਸਾਰੇ ਵਿਟਾਮਿਨ ਜਿਹਨਾਂ ਕੋਲ ਪਾਈਆਂ ਹੋਈਆਂ ਨੇ ਆਪਣੀਆਂ, ਕਹਿਣ 'ਚ ਨਹੀਂ ਆਪਾਂ ਇਹ ਚੀਜ਼ ਦੀ ਵੀ ਬਾਈ ਜੀ ਗਰੰਟੀ ਦਿੰਦੇ ਹਾਂ ਵੀ ਜਿਹੜਾ ਸਾਡਾ ਮਿਨਰਲ ਮਿਕਸਚਰ ਆਈ ਤੁਸੀਂ ਲਗਾਤਾਰ 5 ਤੋਂ 7-10 ਦਿਨ ਪਾਓ ਜੀ, ਹਾਂਜੀ, ਰਿਜ਼ਲਟ ਨਾ ਆਇਆ ਤਾਂ ਅਸੀਂ ਖੜੇ ਹਾਂ ਨਾਲ, ਠੀਕ ਹੈ ਵੀਰ ਜੀ? ਬਿਲਕੁਲ, 100% ਗਰੰਟੀ ਹੈ ਆਪਣੀ ਇਹ ਚੀਜ਼ ਦੀ। ਠੀਕ ਹੈ ਵੀਰੇ। ਦੂਜੀ ਵੀਰ ਜੀ ਆਪਣਾ ਇਹ ਚੀਜ਼ਾਂ ਆ ਆਪਣਾ ਕੈਲਸ਼ੀਅਮ ਵੀਰ ਜੀ। ਓਕੇ, ਬਾਜ਼ਾਰ ਦੇ ਵਿੱਚ ਕੈਲਸ਼ੀਅਮ ਵੀਰ ਜੀ ਬਹੁਤ ਆਉਂਦੇ ਨੇ, ਹਾਂ, ਸਾਰੇ ਵਧੀਆ ਨੇ ਵੀਰ ਜੀ, ਆਪਾਂ ਕਿਸੇ ਨੂੰ ਮਾੜਾ, ਬਿਲਕੁਲ ਹਾਂ, ਹਰ ਇੱਕ ਬੰਦੇ ਜ਼ੋਰ ਲਾਉਂਦਾ, ਹਾਂ, ਪ੍ਰੋਡਕਟ ਦੇ, ਬਿਲਕੁਲ ਵੀਰੇ, ਜਿਹੜੇ ਭਰਾ ਕੰਪਨੀ ਵਾਲੇ ਉਹ ਵੀ ਬਹੁਤ ਜ਼ੋਰ ਲਾਉਂਦੇ ਆ, ਆਪਾਂ ਆਪਦੀ ਦਿਲੋਂ ਆਪਾਂ ਆਪਦਾ ਜ਼ੋਰ ਲਾਇਆ, ਦੇਖੋ ਜੀ ਆਪਦਾ ਜ਼ੋਰ ਲਾਇਆ, ਆਪਾਂ ਗਲੂਕੋਸ ਦੇ ਵਿੱਚ ਇਹਨੂੰ ਤਿਆਰ ਕਰਵਾਇਆ ਹੋਇਆ ਜੀ। ਓਕੇ, ਬਿਲਕੁਲ ਜੀ, ਤੁਹਾਨੂੰ ਖੋਲ ਕੇ ਵੀ ਤੁਹਾਨੂੰ ਦਿਖਾ ਦਾਂਗੇ, ਜੇ ਆਪਾਂ ਉਂਗਲ ਡਬੋਲੀ ਇਹਦੇ ਵਿੱਚ ਵੀਰ ਜੀ, ਹਾਂ, ਥੱਲੇ ਲੇਡ ਨਹੀਂ ਚੱਲੂਗੀ ਇਹ ਚੀਜ਼ ਦੀ ਵੀ, ਆਪਣੀ ਗਰੰਟੀ ਹੈ ਵੀਰ ਜੀ ਇਹ ਚੀਜ਼ ਦੀ ਵੀ। ਠੀਕ ਹੈ, ਤੁਸੀਂ ਲਗਾਤਾਰ ਇਹਨੂੰ ਵਰਤੋ ਜੀ, ਹਾਂਜੀ, ਬਹੁਤ ਵਿੱਚ ਵਿਟਾਮਿਨ ਜਿੰਨੀਆਂ ਵੀ ਇਹਦੀ ਚੀਜ਼ਾਂ ਆਈਆਂ ਪਾਈਆਂ ਹੋਈਆਂ ਨੇ 101% ਜੈਨੂਅਨ ਪਾਈਆਂ ਹੋਈਆਂ ਨੇ ਵੀਰ ਜੀ, ਕੋਈ ਚਲਮਾ ਕੰਮ ਨਹੀਂ ਕੀਤਾ, ਕੋਈ ਚਲਮਾ ਕੰਮ ਨਹੀਂ, ਆਪਣੀ ਗਰੰਟੀ ਹੈ ਜੀ ਇਹ ਚੀਜ਼ ਦੀ। ਠੀਕ ਹੈ ਜੀ। ਇਹ 100 ਗ੍ਰਾਮ ਬਹੁਤ ਹੈ ਇਹਦੀ ਡੋਜ਼? ਹਾਂਜੀ ਹਾਂ, 100 ਜਾਨੀ ਕਿ ਬਹੁਤ ਆਈ, ਬਹੁਤ ਹੈ, ਸੁਬਹ ਸ਼ਾਮ ਪਾ ਦਿਓ ਬਹੁਤ ਵਧੀਆ ਰਿਜ਼ਲਟ ਆਈ। ਓਕੇ, ਦੋਨੇ ਚੀਜ਼ਾਂ ਮਿਕਸ ਕਰਕੇ ਪਾਓ, ਦੁੱਧ ਨਾਪੋ ਜੀ ਪਹਿਲਾਂ ਇਹ ਚੀਜ਼ ਦਾ ਹੀ, ਰਿਜ਼ਲਟ ਦੇਖੋ ਵੀਰ ਜੀ ਆਪਣਾ, ਰਿਜ਼ਲਟ ਦੇਖੋ, ਹਾਂ, ਆਪਣੀ ਗਰੰਟੀ ਹੈ ਜੀ ਇਹ ਚੀਜ਼ ਦੀ। ਠੀਕ ਹੈ ਜੀ। ਬਾਜ਼ਾਰ ਨੂੰ ਕੁਆਲਿਟੀ ਜਾਨੀ ਕਿ ਕੁਆਲਿਟੀ ਵੀ ਵਧੀਆ ਹੋਊ, ਅਸੀਂ ਮਨ ਆਪਦੇ ਆਪ ਨੂੰ ਕਹਿੰਦੇ ਵੀ ਸਾਡੀ ਕੁਆਲਿਟੀ ਬਈ ਟੌਪ ਦੀ ਹੈ ਜੀ। ਬਿਲਕੁਲ, ਆਹੋ ਜਿਵੇਂ ਤੁਸੀਂ ਪਹਿਲਾਂ ਵੀ ਭਰੋਸਾ ਬਣਾਇਆ ਲੋਕਾਂ ਤੇ, ਅਸੀਂ ਅੱਜ ਵੀ ਤੁਹਾਨੂੰ ਕਹਿਣੇ ਆ, ਜੇ ਤੁਸੀਂ ਇਹ ਚੀਜ਼ਾਂ ਸਾਨੂੰ ਚੰਗੀਆਂ ਦੇਵੋਗੇ, ਅੱਜ ਵੀ ਤੁਹਾਡਾ ਭਰੋਸਾ ਸਾਡੇ ਤੇ ਉਮਜਕਰੀ ਕਾਇਮ ਰਹੂਗਾ, ਹਨਾ? ਤਾਂ ਫੇਰ ਹੀ ਜਾ ਕੇ ਤੁਹਾਡੀ ਵੀ ਬੱਲੇ ਬੱਲੇ ਨਾਲ ਸਾਡੀ ਵੀ ਬੱਲੇ ਬੱਲੇ, ਕਿਉਂਕਿ ਸਾਨੂੰ ਰਿਜ਼ਲਟ ਚਾਹੀਦਾ ਹੁੰਦਾ ਪਸ਼ੂ ਪਾਲਕ ਨੂੰ। ਨਹੀਂ, ਆਪਾਂ ਉਹੀ ਹੈ ਵੀਰ ਜੀ, ਕਿਉਂਕਿ ਆਪਾਂ ਵਿਚ ਰਹੇ ਹੋਏ ਆ ਇਹ ਚੀਜ਼ਾਂ ਦੇ ਵਿੱਚ, ਕਿਉਂਕਿ ਆਪਾਂ ਬਹੁਤ ਦੁੱਖ ਤਕਲੀਫ ਝੱਲ ਕੇ ਇਹ ਚੀਜ਼ਾਂ ਨੂੰ ਪੂਰਾ ਆਇਆ ਨਾ, ਹਰੇਕ ਚੀਜ਼ ਨੂੰ ਕਹਿੰਦੇ ਵੀ ਹਰੇਕ ਜੇ ਆਪਾਂ ਜੇ
ਪਰਮਾਤਮਾ ਨੇ ਕਿਹਾ ਵੀ ਸਭ ਦੇ ਸੁੱਖ ਸ਼ਾਂਤੀ ਹੋਊ ਤਾਂ ਆਪਾਂ ਨੂੰ ਫਿਰ ਹੀ 2 ਰੁਪਏ ਬੰਦਾ ਕਮਾ ਕੇ ਦੇਊਗਾ, ਕਮਾ ਕੇ ਦੇਊਗਾ। ਆਪਾਂ ਹਰੇਕ ਟਾਈਮ ਸੁੱਖ ਮੰਗਦੇ ਇਸ ਚੀਜ਼ ਦੀ। 5 ਲੀਟਰ 'ਚ ਵੀ ਆਉਂਦਾ ਵੀਰ ਜੀ, ਇਹ 20 ਕਿਲੋ ਦੀ ਆਪਣੀ 20 ਦੀ ਵੀ ਪੈਕਿੰਗ, 20 ਦੀ ਵੀ ਆਉਂਦੀ ਹੈ। ਓਕੇ, ਠੀਕ ਹੈ ਨਾ ਜੀ। ਅਤੇ ਉਦੋਂ ਬਾਅਦ ਵੀ 5 ਕਿਲੋ ਅਤੇ 20 ਕਿਲੋ 'ਚ ਆ ਗਿਆ। ਹਾਂਜੀ, ਠੀਕ ਹੈ ਜੀ। ਲੀਟਰ 'ਚ ਵੀ ਆਉਂਦਾ ਵੀਰ ਜੀ ਆਪਣਾ। ਓਕੇ, ਉਦੋਂ ਬਾਅਦ ਹੀ ਆਪਣਾ ਮਿੰਦਰ ਮਿੱਤਰ ਆਉਂਦਾ 1 ਕਿਲੋ ਅਤੇ 5 ਕਿਲੋ। ਹਾਂ, 5 ਕਿਲੋ। ਓਕੇ ਜੀ। ਉਹਦਾ ਵਿਟਾਮਿਨ ਐਚ ਜੀ ਆਪਣਾ ਇਹ ਚੀਜ਼। ਓਕੇ, ਵਿਟਾਮਿਨ ਐਚ ਬਣਾ ਲਿਆ ਤੁਸੀਂ। ਮਹੀਨਾ ਡੇਢ ਮਹੀਨਾ ਤੁਸੀਂ ਪਹਿਲਾਂ ਪਾਉਣ ਲੱਗ ਜਾਓ ਵੀਰ ਜੀ। ਹਾਂਜੀ, ਵੀਡੀਓ ਬਣਾ ਲਓ ਜੀ ਇਸ ਚੀਜ਼ ਦੀ। ਓਕੇ, ਵੀਡੀਓ ਬਣਾ ਕੇ ਤੁਸੀਂ ਸਾਂਭ ਕੇ ਰੱਖੋ। ਜਦੋਂ ਪਸ਼ੂ ਸੂਣ 'ਤੇ ਆਇਆ ਜੀ, ਉਦੋਂ ਬਾਅਦ ਤੁਸੀਂ ਆਪਦੀ ਜਿਹੜੀ ਪਸ਼ੂ ਦਾ ਚੱਡਾ ਜਾਂ ਲਿਓਟੀ ਤੁਸੀਂ ਆਪਦੀ ਤੁਸੀਂ ਦੇਖੋ ਵੀ ਪਹਿਲਾਂ ਕਿੱਦਾਂ ਅਤੇ ਹੁਣ ਕਿੱਦਾਂ ਕਿੱਦਾਂ। ਪਿਓਰ ਜਮਾਂ ਪੂਰੀ ਜ਼ਬਰਦਸਤ ਚੀਜ਼ ਬਣਾਈ ਹੋਈ ਹੈ ਵੀਰ ਜੀ ਆਪਣੇ, ਕੋਈ ਉਹ ਚੀਜ਼ ਨਹੀਂ। ਬਿਲਕੁਲ ਜੀ, ਬਿਲਕੁਲ ਵੀਰੇ, ਕਿਉਂਕਿ ਜੇ ਆਪਾਂ ਥੋੜਾ ਜਿਹਾ ਅਲੱਗ ਚੀਜ਼ ਲੈ ਕੇ ਆਉਂਦੇ ਤਾਂ ਕੁਆਲਿਟੀ ਆਪਣੀ ਬਣੂ, ਤਾਂ ਆਪਾਂ ਭਰਾ ਆਪ ਨੂੰ ਯਾਦ ਕਰਨਗੇ। ਉਦੋਂ ਵੀਰ ਜੀ ਹੈਗਾ ਆਪਣਾ, ਇਹ ਹੈਗਾ ਜੀ ਆਪਣਾ ਯਾਨੀ ਕਿ ਲੀਵਰ ਵਾਸਤੇ, ਲੀਵਰ ਟੌਨਿਕ ਜੀ। ਓਕੇ, ਬਾਜ਼ਾਰ ਦੇ ਵਿੱਚ ਵੀ ਬਹੁਤ ਹੁੰਦੇ ਨੇ, ਅਸੀਂ ਇਸ ਚੀਜ਼ ਦਾ ਵੀ ਦਾਅਵਾ ਕਰਦੇ ਹਾਂ ਵੀਰੇ, ਬਾਜ਼ਾਰ ਦੇ ਵਿੱਚ ਜੋ ਵੀ ਚੀਜ਼ਾਂ ਆਉਂਦੀਆਂ ਨੇ ਸਾਡਾ ਉਹਦੇ ਨਾਲ ਕੁਆਲਿਟੀ ਵਧੀਆ ਅਤੇ ਰੇਟ ਸਸਤਾ ਵੀਰ ਜੀ ਆਪਣਾ, ਰੇਟ ਸਸਤਾ। ਓਕੇ, ਆਪਾਂ ਭਰਾਵਾਂ ਨੂੰ ਕਹਿਣਾ ਵੀ ਸਾਡੀ ਜ਼ਿੰਮੇਵਾਰੀ ਹੋ, ਤੁਸੀਂ ਸਾਡਾ ਇੱਕ ਵਾਰੀ ਜ਼ਰੂਰ ਵਰਤੋ। ਤੁਸੀਂ ਪਹਿਲਾਂ ਵੀ ਵਿਸ਼ਵਾਸ ਕੀਤਾ, ਤੁਸੀਂ ਹੁਣ ਵੀ ਵਿਸ਼ਵਾਸ ਕਰਕੇ ਦੇਖਿਓ, ਤੁਹਾਨੂੰ ਆਪੇ ਪਤਾ ਲੱਗ ਜੂ। ਨੰਬਰ ਵੀ ਪ੍ਰੇਮ ਦਾ ਵਿੱਚ ਬੋਲਦੇ, ਇੱਕ ਵਾਰੀ ਨੰਬਰ ਬੋਲੀ ਪ੍ਰੇਮ ਮਗਰੋਂ ਜੀ। ਆਪਣਾ ਨੰਬਰ ਹੈਗਾ 9722 9722 ਹਾਂਜੀ 29622 29629 ਪ੍ਰੇਮ ਚੀਮਾ ਵੀਰ ਜੀ, ਪ੍ਰੇਮ ਚੀਮਾ ਨਾਮ ਆ ਬਾਈ ਜੀ। ਓਕੇ, ਇਹ ਲਈ ਵਿਟਾਉਣ ਕਾ ਗਿਆ, ਇਹ ਵਿਟਾਉਣ ਕਾ ਗਿਆ, ਇਹ ਕਿਲੋ ਦੀ ਪੈਕਿੰਗ, ਇਹ ਕਿਲੋ ਦੀ ਵੀ, ਲੀਟਰ ਦੀ ਵੀ ਆਉਂਦੇ ਵੀਰ ਜੀ, 5 ਲੀਟਰ 5 ਲੀਟਰ ਦੀ, 20 ਲੀਟਰ ਦੀ ਵੀ। ਠੀਕ ਹੈ ਜੀ ਬਾਈ, ਇਹ ਪੈਕਿੰਗ ਉਪਲਬਧ ਨੇ ਆਪਣੇ ਲਵੇ ਵੀਰ ਜੀ। ਓਕੇ ਜੀ, ਉਦੋਂ ਆ ਕੇ ਵੀਰ ਜੀ ਆਪਣਾ એનર્ਜੀ ਬੂਸਟਰ, એનર્ਜੀ ਬੂਸਟ, ਜਿਵੇਂ ਹੁਣ ਬਿਮਾਰੀ ਆ ਕੇ ਗਈ ਹੈ, ਦੇਖੋ ਪਸ਼ੂ ਨਾ ਬਹੁਤ ਡਾਊਨ ਹੋ ਗਏ ਸੀ ਵੀਰ ਜੀ, ਖੜੇ ਨਹੀਂ ਹੋਏ ਗਏ ਪਸ਼ੂਆਂ ਦੇ ਉਹਨਾਂ ਚੀਜ਼, ਹਾਂਜੀ ਕਮਜ਼ੋਰੀ ਪੈ ਜਾਂਦੀ ਹੈ ਨਾ, ਕਮਜ਼ੋਰੀ ਪੈ ਗਈ। ਤੁਸੀਂ ਆਪਣਾ 1 ਲੀਟਰ ਹੀ ਪਿਓ, ਮੈਂ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਵੱਧ ਮੰਗਵਾਓ, ਓਕੇ 1 ਲੀਟਰ ਮੰਗਵਾਓ ਤੇ 1 ਹਫ਼ਤੇ ਦੇ ਵਿੱਚ ਰਿਜ਼ਲਟ ਦੇਖੋ ਵੀਰ ਜੀ। ਆਓ ਵੀ ਕਿਹੜਾ ਰਿਜ਼ਲਟ ਲੈ ਕੇ ਦੇਖੋ, ਤੁਸੀਂ ਇਹ ਦਾਵਾ ਕਹਿਣਾ ਵੀ ਸਾਡੀ ਚੀਜ਼ ਵੱਧ ਨਾ ਖਰੀਦੋ, ਸਾਡੀ ਚੀਜ਼ ਥੋੜੀ ਥੋੜੀ ਲੀਟਰ ਲੀਟਰ ਹੀ ਖਰੀਦੋ, ਕਿਲੋ ਕਿਲੋ ਖਰੀਦ ਲਓ, ਪਰ 1 ਪਸ਼ੂ ਦੇ ਰਿਜ਼ਲਟ ਲੈ ਕੇ ਦੇਖ ਲਓ। ਆਪਾਂ ਕੋਈ ਵੇਚਣ ਵਾਸਤੇ ਨਹੀਂ, ਆਕਾ ਭਾਈਆਂ ਦੇ ਵਿੱਚ ਪ੍ਰੇਮ ਪਿਆਰ ਬਣਾਉਣ ਵਾਸਤੇ ਆਇਆ ਵੀਰ ਜੀ। ਆਪਾਂ ਦੇਖੋ ਜੇ ਕੁਆਲਿਟੀ ਵਧੀਆ ਹੋਊ ਤਾਂ ਭਰਾ ਆਪ ਨੂੰ ਆਟੋਮੈਟਿਕ ਯਾਦ ਕਰਨਗੇ, ਜਿਵੇਂ ਹੁਣ ਤੱਕ ਕੌਡੀ ਗਲੋ ਦੇ ਜਿਵੇਂ ਇੰਨੇ ਰਿਜ਼ਲਟ ਨੇ ਸਾਡੇ ਵੀਰ ਜੀ ਹੁਣ ਤੱਕ ਵੀ ਬਾਈ, ਬਹੁਤ ਸਾਨੂੰ ਜੋ ਲੋਕ ਜੁੜੇ ਹੋਏ ਨੇ ਆਓ ਕਿਹੜਾ ਮਸ਼ਹੂਰੀ ਰਾਹੀਂ ਯਾਰ ਦੱਸਣਾ ਤਾਂ ਜ਼ਰੂਰ ਪੈਂਦਾ ਹੁੰਦਾ ਐਡ ਕਰਾ ਕੇ ਵੀ ਭਾਈ ਸਾਡਾ ਪ੍ਰੋਡਕਟ ਆ, ਆਪਾਂ ਇਮੇਜ ਕਰੀ ਕੀਤਾ ਸੀ ਕੌਡੀ ਗਲੋ ਨੂੰ ਵੀ ਦੱਸਿਆ, ਪਰ ਉਦੋਂ ਬਾਅਦ ਅੱਜ ਤੱਕ ਆਪਾਂ ਕੌਡੀ ਗਲੋ ਦਾ ਕਿਤੇ ਉਹ ਵੀ ਨਹੀਂ ਕੀਤਾ ਤੇ ਮੇਰੇ ਵੀ ਦੇਖ ਲਾ ਜਾ ਕੇ ਹੁਣ ਵੀ 1 ਅੱਧਾ ਡੱਬਾ ਆਪਣਾ ਖੁੱਲਿਆ ਵਾ ਹੁੰਦਾ ਜਦੋਂ ਕੋਈ। ਹਾਂ, ਬਿਲਕੁਲ ਬਿਲਕੁਲ, ਆਹ ਦੇ ਉੱਤੇ ਹੀ ਪਿਆ ਦੇ ਕੰਡੇ ਦੇ, ਆ ਚੱਲੀਏ ਤੈਨੂੰ ਮੈਂ ਦਿਖਾਵਾਂ। ਅਤੇ ਮੈਂ ਤਾਂ ਆਪ ਕਹਿਣਾ ਹੁੰਦਾ ਪ੍ਰੇਮ, ਦੇਖੋ ਜਿਹੜੀ ਐਡ ਆ ਇਹ ਕਰਨ ਵਾਸਤੇ ਹੁੰਦੀ ਆ, ਜੇ ਅਸੀਂ ਤੇਰੀ ਮੈਂ ਕੌਡੀ ਗਲੋ ਨਾ ਦੱਸਦਾ ਯਾਰ, ਮੈਂ ਸਾਰਾ ਦੇਖ ਲਾ, ਸਾਰੇ ਭਰਾ ਸੀ ਚੈਂਚਲ ਵਰਗੇ, ਸਾਰੇ ਬੰਦੇ ਸੀ ਆਪਣੇ ਮੇਲਿਆਂ 'ਤੇ, ਬਿੱਲੋ ਨੂੰ ਸਾਰੇ ਆਪਦੇ ਹੱਥ ਨਾਲ ਪਾਉਂਦੇ ਰਹੇ ਇਹ, ਦੇਖ ਲੈ ਨਾਲੇ ਸੂਈ ਵੀ ਨੂੰ 17 ਦਿਨ ਹੋ ਗਏ, ਉੱਥੇ ਜਾ ਕੇ ਬੱਚਾ ਵੀ ਡਾਊਨ ਹੋ ਗਿਆ ਪਰ ਦੁੱਧ ਨਹੀਂ ਡਾਊਨ ਹੋਣ ਦਿੱਤਾ ਸੀ ਉਹਦਾ, ਠੀਕ ਆ। ਅਤੇ ਜਿਹੜੀ ਚੀਜ਼ ਕੁਆਲਿਟੀ ਆਪਾਂ ਅੱਜ ਵੀ ਕਹਿੰਦੇ, ਦੇਖੋ ਐਡ ਦੀ ਇੱਕ ਗੱਲ ਵੱਖਰੀ ਆ ਵੀ ਐਡ ਕਰਨੀ ਪੈਂਦੀ ਆ, ਜੇ ਐਡ ਕਰਾਂਗੇ ਤਾਂ ਤੁਹਾਡੇ ਘਰਾਂ ਤੱਕ ਤਾਂ ਪਹੁੰਚੂ। ਹਾਂ, ਅਤੇ ਦੂਜੀ ਗੱਲ ਵੀ ਇਹ ਵੀ ਤੁਹਾਨੂੰ ਕਹਿੰਦੇ ਆ, ਉਹ ਪ੍ਰੇਮ ਨੇ ਆਪ ਹੀ ਕਹਿਤੀ ਵੀ ਜਦੋਂ ਚੀਜ਼ ਤੁਸੀਂ ਜਿੰਨਾ ਟਾਈਮ ਦਾ ਵਰਤੋਗੇ ਨਾ ਉਹਨਾਂ ਟਾਈਮ ਤਾਂ ਇਹ ਲਿਫਾਫਾ ਹੀ ਹੈ, ਆਹ ਢੋਲੀ ਪਈ ਆ ਲਿਫਾਫਾ ਲੀਟਰ ਪਿਆ, ਪਰ ਜਦੋਂ ਤੁਸੀਂ ਵਰਤੋਂਗੇ ਜਿਵੇਂ ਬਾਈ ਪ੍ਰੇਮ ਨੇ ਆਖਿਆ ਜੇ ਲੀਵ ਟੌਨਿਕ ਵਰਤਣਾ 1 ਪਸ਼ੂ ਨੂੰ 10 ਦਿਨ ਵਰਤਿਆ ਜਾਂਦਾ ਨਾ ਵੀ ਰਿਜ਼ਲਟ ਲੈ ਕੇ ਦੇਖੋ, ਪਸ਼ੂ ਤੁਹਾਡਾ ਕੋਈ ਬਿਮਾਰੀ 'ਚ ਆਇਆ ਵਾ ਕਮਜ਼ੋਰ ਹੈ ਇਹਨੂੰ ਤੁਸੀਂ ਵਰਤ ਕੇ 1 ਲੀਟਰ ਹੀ 10-15 ਦਿਨ ਚੱਲੂ, 10 ਦਿਨ ਚੱਲੂ ਇਹਦਾ ਰਿਜ਼ਲਟ ਲੈ ਕੇ ਦੇਖੋ।
ਉਦੋਂ ਬਾਅਦ ਕੈਲਸ਼ੀਅਮ ਹੈ, ਇਹਦਾ ਵੀ ਭਾਵੇਂ ਇੱਕ ਕਿਲੋ ਦੀ ਪੈਕਿੰਗ ਹੀ ਲੈ ਲਓ, ਇਹਦਾ ਵੀ ਤੁਸੀਂ 10 ਦਿਨ 100 ਗ੍ਰਾਮ ਦੇਈ ਚੱਲੋ ਡੇਲੀ, 10 ਦਿਨਾਂ ਦੇ ਵਿੱਚ ਰਿਜ਼ਲਟ ਲੈ ਕੇ ਦੇਖੋ ਜੀ, ਬਾਕੀ ਕੋਈ ਚੀਜ਼ ਹੈਗੀ ਹੈ? ਬਿਲਕੁਲ ਜੀ ਬਿਲਕੁਲ, ਇਹ ਮੈਂ ਜਿਕਰੀ ਮਿਨਰਲ ਮੈਚਰ ਆ ਜੀ, ਇਹਨਾਂ ਨੇ ਇਹ ਵੀ ਦਾਵਾ ਕੀਤਾ ਵੀ ਮਿਨਰਲ ਮੈਚਰ ਵੀ ਪਾਉਂਦੇ, ਸਾਡਾ ਕਿਲੋ ਕਿਲੋ ਲੈ ਕੇ ਇੱਕ ਵਾਰੀ ਤੁਸੀਂ ਥੋੜ੍ਹਾ ਜਿਹਾ ਲੈਣਾ, ਜ਼ਿਆਦਾ ਨਹੀਂ ਹੈ ਕਹਿੰਦੇ ਲੈਣਾ, ਵੀ ਥੋੜ੍ਹਾ ਜਿਹਾ ਲੈ ਕੇ ਤੁਸੀਂ ਦੇਖੋ। ਆ ਜਾਓ ਵੀਰੇ, ਨੰਗਿਓ ਆ ਦੇਖੋ ਵੀ ਜੀ, ਲਓ ਜੀ ਤੁਸੀਂ ਨਹੀਂ ਤੁਸੀਂ ਲਾ ਲਓ, ਲੇੜਾ ਨਹੀਂ ਚੱਲਦੀਆਂ, ਤੁਸੀਂ ਆਹ ਚੈੱਕ ਕਰ ਸਕਦੇ ਹੋ, ਤੁਸੀਂ ਜਿਵੇਂ ਆਪਣੇ ਆਮ ਹੁੰਦੇ ਨੇ ਤੁਸੀਂ ਥੱਲੋਂ ਲੇੜਾ ਚੱਲ ਜਾਣਗੇ, ਦੇਖੋ ਜਿੰਨੀ ਉਂਗਲ ਡਬੋਈ ਹੈ ਉੱਥੇ ਵੀ ਆ। ਬਿਲਕੁਲ ਬਾਈ, ਇਹ ਗਲੂਕੋਜ਼ ਦੀ ਕੁਆਲਿਟੀ ਹੈ, ਕਿਉਂਕਿ ਗਲੂਕੋਜ਼ ਆਪਾਂ ਵੀ ਬੋਤਲਾਂ ਬੋਤਲਾਂ ਲਵਾਈ ਦੇ, ਕਈ ਵਾਰੀ ਬੰਦਾ ਬਿਮਾਰ ਹੋ ਜੀ, ਹਾਂਜੀ, ਕਿਉਂਕਿ ਉਹਨੂੰ ਐਨਰਜੀ ਮਿਲਦੀ ਹੈ, ਐਸੇ ਜੋ ਕਿ ਆਪਾਂ ਇਹ ਚੀਜ਼ ਬਣਾਏ ਵੀ ਪਸ਼ੂ ਨੂੰ ਵੀ ਐਨਰਜੀ ਬਣੀ ਰਹੇ ਜੀ ਇਹ ਚੀਜ਼। ਬਿਲਕੁਲ ਜੀ ਬਿਲਕੁਲ, ਠੀਕ ਹੈ ਨਾ ਜੀ, ਤਾਂ ਕਰਕੇ ਆਪਾਂ ਕਹਿੰਦੇ ਵੀ ਸਾਡੀ 100% ਇਹ ਚੀਜ਼ ਦੀ ਵੀਰ ਜੀ ਸਾਡੀ ਗਰੰਟੀ ਹੈ ਜੀ। ਆਓ ਵੀ ਤਗਰਾ ਥੋੜੀ ਥੋੜੀ ਵਰਤ ਕੇ ਦੇਖ ਲਓ, ਹਾਂ ਵੀ ਤੁਸੀਂ ਵਰਤ ਕੇ ਦੇਖੋ ਤਾਂ ਪ੍ਰੇਮ, ਇੱਕ ਵਾਰੀ ਨੰਬਰ ਭਰੇ ਹੋਰ ਬੋਲਦੇ ਆਪਣੀ ਵੀਡੀਓ ਲੰਮੀ ਜਾਊ ਜੀ। ਪ੍ਰੇਮ ਚੀਮਾ ਨਾਮ ਆ, ਪ੍ਰੇਮ ਚੀਮੇ ਦੇ ਨਾਂ ਤੇ ਆਪਣਾ ਪੇਜ ਚੱਲਦਾ ਵੀਰ ਜੀ, ਨੰਬਰ ਹੈਗਾ ਵੀਰ ਜੀ 98722 29629 29629। ਹਾਂਜੀ ਵੀਰ ਜੀ, ਠੀਕ ਹੈ ਜੀ ਬਾਈ, ਧੰਨਵਾਦ ਪ੍ਰੇਮ ਤੇਰਾ, ਬਹੁਤ ਨੰਬਰ ਹੈਗੇ ਨੇ ਜੀ। ਬਿਲਕੁਲ ਜੀ, ਬਾਕੀ ਪੁਰਾਣੇ ਬੰਦੇ ਜਿਹੜੇ ਵਰਤਦੇ ਕੌਡੀ ਗਲੂ ਉਹਨਾਂ ਕੋਲ ਤਾਂ ਸਾਰਿਆਂ ਕੋਲ ਨੰਬਰ ਹੈਗੇ, ਜਿਹੜੇ ਨਵੇਂ ਭਰਾ ਗਏ ਉਹ ਤੁਹਾਨੂੰ ਨੰਬਰ ਦੇ ਦਿੱਤਾ ਵੀਰੇ। ਬਾਕੀ ਧੰਨਵਾਦ ਸਾਰਿਆਂ ਦਾ, ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ, ਕੋਈ ਚੰਗਾ ਬੰਦਾ ਕੰਮ ਕਰਦਾ ਤਾਂ ਸਪੋਰਟ ਜ਼ਰੂਰ ਦਿਆ ਕਰੋ, ਧੰਨਵਾਦ ਜੀ। ਠੀਕ ਹੈ ਵੀਰ ਜੀ, ਥੈਂਕ ਯੂ।